ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਭਾਰਤ ਵਿੱਚ ਇਲਾਇਚੀ ਦੀ ਵਰਤੋਂ ਮਾਉਥ ਫਰੈਸ਼ਨਰ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਲਾਇਚੀ ਯਾਨੀ ਖੁਸ਼ਬੂ ਦਾ ਖਜ਼ਾਨਾ। ਹਰ ਘਰ ਦੀ ਰਸੋਈ ਵਿੱਚ ਸੌਖੇ ਨਾਲ ਮਿਲਣ ਵਾਲੀ ਇਹ ਇਲਾਇਚੀ ਦਾ ਸੇਵਨ ਤੁਹਾਡੇ ਸਰੀਰ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਹ ਗੱਲ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਕਿਉਂਕਿ ਜ਼ਿਆਦਾਤਰ ਲੋਕ ਇਲਾਇਚੀ ਨੂੰ ਸਵਾਦਿਸ਼ਟ ਮਸਾਲੇ ਦੇ ਰੂਪ ਵਿੱਚ ਪ੍ਰਯੋਗ ਕਰਦੇ ਹਨ। ਆਮ ਤੌਰ ਉੱਤੇ ਵੱਖ ਵੱਖ ਪ੍ਰਕਾਰ ਦੇ ਮਿੱਠੇ ਦੇ ਵਿੱਚ ਇਲਾਇਚੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਲਾਇਚੀ ਸਿਹਤ ਲਈ ਬਹੁਤ ਹੀ ਜ਼ਿਆਦਾ ਚੰਗੀ ਹੁੰਦੀ ਹੈ। ਇਸ ਦੇ ਅੰਦਰ ਵਿਟਾਮਿਨ ਸੀ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਹਨ। ਤਾਂ ਚਲੀਏ ਦੋਸਤੋ, ਜਾਣਦੇ ਹਾਂ ਇਲਾਇਚੀ ਖਾਣ ਦੇ ਨਾਲ ਕਿਹੜੇ ਕਿਹੜੇ ਫਾਇਦੇ ਹੁੰਦੇ ਹਨ। ਤਾਂ ਦੋਸਤੋ, ਇਹ ਬਹੁਤ ਘੱਟ ਲੋਕ ਹੀ ਜਾਣਦੇ ਹਨ ਕਿ ਇਲਾਇਚੀ ਦਿਮਾਗ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਅੱਛਾ ਨੁਸਖਾ ਹੈ। ਇਸ ਨੂੰ ਠੀਕ ਤਰੀਕੇ ਨਾਲ ਇਸਤੇਮਾਲ ਕਰਨ ਨਾਲ ਤੁਸੀਂ ਆਪਦੀ ਯਾਦਦਾਸ਼ਤ ਨੂੰ ਵਧਾ ਸਕਦੇ ਹੋ। ਇਸ ਦਾ ਇਸਤੇਮਾਲ ਕਰਨ ਨਾਲ ਇਸ ਤੋਂ ਸੋਚਣ ਅਤੇ ਸਮਝਣ ਦੀ ਸ਼ਕਤੀ ਵੀ ਦੁੱਗਣੀ ਹੋ ਜਾਂਦੀ ਹੈ। ਤਾਂ ਦੋਸਤੋ, ਇਸ ਨੁਸਖੇ ਨੂੰ ਤਿਆਰ ਕਰਨ ਲਈ 3 ਬਦਾਮ, 3 ਪਿਸਤਾ ਅਤੇ 4 ਇਲਾਇਚੀ ਨੂੰ ਮਿਲਾ ਕੇ ਪੀਸ ਲਵੋ ਅਤੇ ਹੁਣ ਇਸ ਮਿਸ਼ਰਣ ਨੂੰ 1 ਗਲਾਸ ਦੁੱਧ ਦੇ ਵਿੱਚ ਪਾ ਕੇ ਤਦ ਤੱਕ ਉਬਾਲੋ ਜਦ ਤੱਕ ਦੁੱਧ ਅੱਧਾ ਨਾ ਹੋ ਜਾਵੇ ਅਤੇ ਇਸ ਤੋਂ ਬਾਅਦ ਦੁੱਧ ਵਿੱਚ ਥੋੜ੍ਹੀ ਜਿਹੀ ਮਿਸ਼ਰੀ ਪਾ ਕੇ ਤੁਸੀਂ ਇਸ ਨੂੰ ਪੀ ਲਵੋ। ਤਾਂ ਦੋਸਤੋ, ਇਹ ਨੁਸਖਾ ਵੱਡਿਆਂ ਦੇ ਨਾਲ ਨਾਲ ਬੱਚਿਆਂ ਦੇ ਦਿਮਾਗ ਨੂੰ ਵੀ ਤੇਜ਼ ਕਰਨ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਅਤੇ ਜੇ ਤੁਸੀਂ ਡਾਇਬਟੀਜ਼ ਦੇ ਮਰੀਜ਼ ਹੋ, ਤੁਸੀਂ ਇਸ ਦਾ ਸੇਵਨ ਨਾ ਕਰੋ। ਜੇਕਰ ਤੁਸੀਂ ਇਸ ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਮਿਸ਼ਰੀ ਤੁਸੀਂ ਇਸ ਦੇ ਵਿੱਚ ਯੂਜ਼ ਨਾ ਕਰੋ। ਤਾਂ ਦੋਸਤੋ, ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਜਦੋਂ ਘਰ ਵਿੱਚ ਕੋਈ ਮਹਿਮਾਨ ਡਿਨਰ ਜਾਂ ਲੰਚ ਉੱਤੇ ਆਉਂਦਾ ਹੈ ਤਾਂ ਖਾਣ ਦੇ ਬਾਅਦ ਉਸਨੂੰ ਇਲਾਇਚੀ ਖਾਣ ਨੂੰ ਦਿੱਤੀ ਜਾਂਦੀ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਇਲਾਇਚੀ ਖਾਣੇ ਨੂੰ ਜਲਦੀ ਪਚਾਉਣ ਵਿੱਚ ਮਦਦ ਕਰਦੀ ਹੈ। ਇਸ ਇਲਾਇਚੀ ਨੂੰ ਭੋਜਨ ਦੇ ਬਾਅਦ ਖਾਣ ਨਾਲ ਕਬਜ਼, ਐਸੀਡਿਟੀ, ਢਿੱਡ ਵਿੱਚ ਦਰਦ ਜਾਂ ਜਲਣ ਵਰਗੀ ਸਮੱਸਿਆ ਨਹੀਂ ਹੁੰਦੀਆਂ ਹਨ। ਨਾਲ ਹੀ ਇਹ ਇਲਾਇਚੀ ਤੁਹਾਡੇ ਗਲੇ ਅਤੇ ਸੀਨੇ ਵਿੱਚ ਹੋਣ ਵਾਲੀ ਜਲਣ ਨੂੰ ਵੀ ਆਰਾਮ ਪਹੁੰਚਾਉਂਦੀ ਹੈ। ਤਾਂ ਦੋਸਤੋ, ਜੇ ਤੁਸੀਂ ਆਪਦੇ ਪਾਚਨ ਤੰਤਰ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ, ਅਦਰਕ ਦਾ ਇੱਕ ਛੋਟਾ ਟੁਕੜਾ ਜਿਹੜਾ ਸੁੱਕਿਆ ਹੋਵੇ, 2 ਲੌਂਗ, 3 ਇਲਾਇਚੀ ਅਤੇ 1 ਚਮਚ ਧਨੀਆ, ਇਹ ਸਾਰੀ ਚੀਜ਼ਾਂ ਨੂੰ ਚੰਗੀ ਨਾਲ ਮਿਕਸ ਕਰਕੇ ਪੀਸ ਲਵੋ ਅਤੇ ਚੂਰਨ ਬਣਾ ਲਵੋ ਅਤੇ ਹੁਣ ਇਸ ਮਿਸ਼ਰਣ ਨੂੰ ਰੋਜ਼ਾਨਾ 2 ਵਾਰ ਖਾਣਾ ਖਾਣ ਤੋਂ ਬਾਅਦ ਖਾਓ। ਇਸ ਦੇ ਨਾਲ ਢਿੱਡ ਨਾਲ ਜੁੜੀ ਹਰ ਸਮੱਸਿਆ ਠੀਕ ਹੋ ਜਾਵੇਗੀ। ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੁੰਦੀ ਹੈ ਉਹਨਾਂ ਲੋਕਾਂ ਨੂੰ ਇਲਾਇਚੀ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ ਕਿਉਂਕਿ ਦੋਸਤੋ, ਇਸ ਦੇ ਅੰਦਰ ਮੌਜੂਦ ਪੋਟਾਸ਼ੀਅਮ ਅਤੇ ਫਾਈਬਰ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਦਾ ਕੰਮ ਕਰਦਾ ਹੈ। ਤਾਂ ਦੋਸਤੋ, ਠੰਡ ਵਿੱਚ ਸਰਦੀ ਖੰਘ ਹੋਣਾ ਆਮ ਗੱਲ ਹੈ। ਇਹੋ ਜਿਹੇ ਹਾਲਾਤ ਵਿੱਚ ਰੋਜ਼ ਸਵੇਰੇ ਸ਼ਾਮ ਖਾਲੀ ਢਿੱਡ 1 ਜਾਂ 2 ਇਲਾਇਚੀਆਂ ਖਾ ਲਵੋ ਅਤੇ ਉਸ ਤੋਂ ਉੱਤੋਂ ਦੀ ਤੁਸੀਂ ਕੋਸਾ ਪਾਣੀ ਪੀ ਲਵੋ। ਅਜਿਹਾ ਕਰਨ ਨਾਲ ਸਰਦੀ ਖੰਘ ਤਾਂ ਠੀਕ ਹੋਵੇਗੀ ਹੀ, ਨਾਲ ਹੀ ਗਲੇ ਵਿੱਚ ਹੋਣ ਵਾਲੀ ਖਾਰਸ਼ ਤੋਂ ਵੀ ਤੁਹਾਨੂੰ ਆਰਾਮ ਮਿਲੇਗਾ। ਤਾਂ ਦੋਸਤੋ, ਇਹ ਤਾਂ ਸੀਗੇ ਇਲਾਇਚੀ ਦੇ ਕੁਝ ਫਾਇਦੇ ਜਿਸ ਦੇ ਇਸਤੇਮਾਲ ਨਾਲ ਤੁਸੀਂ ਆਪਦੇ ਪਾਚਨ ਤੰਤਰ ਅਤੇ ਆਪਦੇ ਦਿਮਾਗ ਨੂੰ ਤੇਜ਼ ਕਰ ਸਕਦੇ ਹੋ। ਤਾਂ ਦੋਸਤੋ, ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ। ਜੇਕਰ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।